ਪੰਜਾਬ ਦੇ ਲੋਕੋ ਮੈਂ ਗੱਲ ਕਰਨ ਲੱਗਿਆ ਮੱਲਾ ਕਲੀਨਿਕਾਂ ਦੀ ਮੱਲਾ ਕਲੀਨਿਕਾਂ ਤੇ ਭਗਵੰਤ ਮਾਨ ਦੀ ਸਰਕਾਰ ਨੇ 92 ਕਰੋੜ ਰੁਪਇਆ ਲਾ ਕੇ ਬਰਬਾਦ ਕੀਤਾ ਔਰ ਜਿਹੜੀ ਗੱਲ ਹੈ ਮੈਂ ਸਬੂਤਾਂ ਦੇ ਨਾਲ ਕਰੂੰਗਾ ਕੋਈ ਐਵੇਂ ਨਹੀਂ ਕਰੂੰਗਾ ਪਹਿਲੀ ਨੂੰ ਮੈਂ ਗੱਲ ਇਹ ਕਰ ਲੱਗਿਆ ਪਿਛਲੇ ਹਫਤੇ ਦੇ ਵਿੱਚ ਆ ਪਿੰਡ ਬਵਾਨੀਆਂ ਦੇ ਵਿੱਚ ਮੈਂ ਖੜਾ ਇੱਥੇ ਇੱਕ ਵਿਅਕਤੀ ਹੈ ਜਿਹੜਾ ਮੋਟਰਸਾਈਕਲ ਤੋਂ ਡਿੱਗਦਾ ਉਹ ਤੇ ਉਹ ਧੂੜੀ ਪਰਨੇ ਡਿੱਗ ਪੈਂਦਾ ਦੀ ਰੀੜ ਦੀ ਹੱਡੀ ਦੇ ਜਿਹੜੇ ਮਣਕੇ ਆ ਕੋਈ ਇੱਕ ਦੋ ਟੁੱਟ ਜਾਂਦੇ ਆ ਵਿੱਚੋਂ ਦੂਜਿਆਂ ਦੀ ਕਿਸੇ ਪਾਸੇ ਦਾਬ ਆ ਜਾਂਦੀ ਆ ਜੋਦਾ ਸਰੀਰ ਚ ਜਿਹੜਾ ਕਹ ਲੋ ਸਾਰਾ ਬੰਦ ਹੋ ਗਿਆ ਸੀ ਚੱਲਣਾ ਕੱਲਾ ਬੋਲ ਰਿਹਾ ਸੀ ਬੜਾ ਚੰਗਾ ਬੋਲ ਰਿਹਾ ਸੀ ਕਹਿੰਦਾ ਮੈਂ ਠੀਕ ਆ ਬਸ ਮੇਰਾ ਇਲਾਜ ਕਰਾ ਦਿਓ ਹੁਣ ਮੈ ਤੋਂ ਫਿਰ ਉਸ ਵਿਅਕਤੀ ਨੂੰ ਲੈ ਕੇ ਜਾਇਆ ਜਾਂਦਾ ਆਪਣੇ ਗਿੱਦੜ ਬਾਹ ਦੇ ਵਿੱਚ ਗਿੱਦੜ ਬਾਹ ਦੇ ਵਿੱਚੋਂ ਲੈ ਕੇ ਗਏ ਉਹਨੂੰ ਬਠਿੰਡੇ ਦੇ ਵਿੱਚ ਬਠਿੰਡੇ ਤੋਂ ਲੈ ਕੇ ਗਏ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਜਦੋਂ ਲੈ ਕੇ ਗਏ ਤਾਂ ਮੈਨੂੰ ਮੇਰੇ ਵਿਅਕਤੀ ਨੇ ਫੋਨ ਲਾਤਾ ਜਿਹੜਾ ਮੁੰਡਾ ਇਸ ਟਾਈਮ ਵੀਡੀਓ ਬਣਾ ਰਿਆ ਉਹ ਬੰਦਾ ਇਹਦਾ ਜੀਜਾ ਸੀਗਾ ਜਿਹਦਾ ਐਕਸੀਡੈਂਟ ਹੋਇਆ ਸੀ ਜਦੋਂ ਇਹਨੇ ਮੈਨੂੰ ਦੱਸਿਆ ਕਿ ਭਾਈ ਸਾਹਿਬ ਹੀ ਇਸ ਤਰ੍ਹਾਂ ਮੇਰੇ ਜੀਜੇ ਨੂੰ ਉੱਥੇ ਲੈ ਗਿਆ ਫਰੀਦਕੋਟ ਮੈਂ ਕਹੇਰ ਉਹਨਾਂ ਨੂੰ ਫੋਨ ਕਰ ਉੱਥੇ ਕਿੱਥੇ ਲੈ ਗਿਆ ਤੁਸੀਂ ਪ੍ਰਾਈਵੇਟ ਹਸਪੀਟਲ ਲੈ ਕੇ ਜਾਓ ਰੀੜ ਦੀ ਹੱਡੀ ਦਾ ਕੰਮ ਤੇ ਉੱਥੇ ਬੰਦੇ ਠੀਕ ਹੋ ਜਾਣਗੇ ਇਹਨਾਂ ਨੇ ਫੋਨ ਲਾਇਆ ਕਿਉਂਕਿ ਦੂਜੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਇਹ ਸੀ ਵੀ ਜਦੋਂ ਡਾਕਟਰਾਂ ਦੇ ਕੋਲ ਹੀ ਆ ਗਏ ਹਸਪੀਟਲ ਦੇ ਵਿੱਚ ਆ ਗਏ ਆ ਤੇ ਹੁਣ ਸਾਨੂੰ ਕੀ ਲੋੜ ਆ ਕਿਉਂਕਿ ਜਿਹੜੇ ਲੋਕ ਸਾਡੇ ਪਿੰਡਾਂ ਦੇ ਆਪਣੇ ਭੋਲੇ ਪਾਲੇ ਲੋਕ ਆ ਜਿਹੜੇ ਪਿੰਡਾਂ ਵਾਲਾ ਇੱਕ ਡਾਕਟਰ ਹੁੰਦਾ ਜਿਨੇ ਕਿਸੇ ਤੋਂ ਵੱਲ ਸਿੱਖਿਆ ਹੁੰਦਾ ਉਹਨੂੰ ਵੀ ਡਾਕਟਰ ਸਮਝਦੇ ਆ ਜਿਹੜਾ ਕੋਈ ਟੀਕਾ ਲਾਉਣ ਨਾਲ ਜਾਣਦਾ ਉਹਨੂੰ ਵੀ ਡਾਕਟਰ ਸਮਝਦੇ ਆ ਔਰ ਜਿਹੜਾ ਕੋਈ ਰੀੜ ਦੀ ਹੱਡੀ ਵਾਲਾ ਮਾਰ ਡਾਕਟਰ ਜਿਹਨੂੰ ਆਪਾਂ ਸਪੈਸ਼ਲਿਸਟ ਕਹਿੰਦੇ ਨੇ ਉਹਨੂੰ ਵੀ ਡਾਕਟਰ ਕਹਿੰਦੇ ਆ ਜਿਹੜਾ ਕੋਈ ਬੁਖਾਰ ਦੀ ਗੋਲੀ ਦੇ ਨਾਲ ਉਹਨੂੰ ਵੀ ਡਾਕਟਰ ਕਹਿੰਦੇ ਆ ਜਿਹੜਾ ਅਕਸਰੇ ਕਰਨ ਨਾਲ ਉਹਨੂੰ ਵੀ ਡਾਕਟਰ ਡਾਕਟਰ ਕਹਿੰਦੇ ਆ ਇਹ ਜਿਹੜੇ ਭੋਲੇ ਪਾਲੇ ਲੋਕ ਆ ਪੰਜਾਬ ਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਨਹੀਂ ਪਤਾ ਕਰਦੇ ਕਰਾਉਂਦੇ ਕੀ ਹੋਇਆ ਜੀ ਮੈਂ ਕਿਹਾ ਮੁੰਡਿਆ ਛੁੱਟੀ ਦਿਵਾਓ ਇਹਨੂੰ ਇੱਥੋਂ ਤੇ ਤੁਸੀਂ ਲੈ ਕੇ ਜਾਓ ਇਹਨੂੰ ਲੁਧਿਆਣੇ ਲੈ ਕੇ ਜਾਓ ਜਿਹੜਾ ਬੰਦਾ ਇੱਥੋਂ ਗਰਜਿੰਦਰ ਸਿੰਘ ਮੁੰਡਾ ਉਹ ਕਹਿੰਦਾ ਭਾਈ ਸਾਹਿਬ ਮੈਂ ਛੁੱਟੀ ਦਾ ਕਹਿ ਰਿਹਾ ਛੁੱਟੀ ਮਿਲ ਨਹੀਂ ਰਹੀ ਉਹ ਮੁੰਡਾ ਵੀ ਇੱਥੋਂ ਗਿੱਧੜਵਾਲਕੇ ਤੋਂ ਐਮਐਲਏ ਦੀ ਚੌਂ ਲੜਿਆ ਹੋਇਆ ਤੇ ਜਿਹੜਾ ਪਿੰਡ ਪੈਂਦਾ ਉਹ ਵੀ ਗਿੱਧੜਵਾਲਕੇ ਦੇ ਵਿੱਚ ਪੈਂਦਾ ਉੱਥੇ ਦਾਖਲ ਤਾਂ ਹੋ ਗਿਆ ਚਲੋ ਜੀ ਕਰਦੇ ਕਰਾਉਂਦੇ ਸਾਰੀ ਰਾਤ ਖਬਜ਼ ਦੇ ਰਹੇ ਪ੍ਰਮਾਤਮਾ ਜਾਣਦਾ ਜਦੋਂ ਸਵੇਰ ਉਹ ਲੈ ਕੇ ਗਏ ਤਾਂ ਰਾਹ ਦੇ ਵਿੱਚ ਜਾ ਹੀ ਰੇ ਸੀ ਚੰਡੀਗੜ੍ਹ ਨੂੰ ਉਹਦੀ ਉੱਥੋਂ ਮੌਤ ਹੋ ਗਈ ਉਹਦੇ ਲਗਭਗ ਦੋ ਕੁੜੀਆਂ ਦੋ ਕੁੜੀਆਂ ਉਹਦੇ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਸੀ ਆਲੇ ਬੱਚੀਆਂ ਵੀ ਰੋਲ ਗਈਆਂ ਔਰ ਜਿਹੜਾ ਪਰਿਵਾਰ ਨੂੰ ਰੋਣਾ ਪਿਆ ਉਹ ਤਾਂ ਵੱਖਰਾ ਸੀ ਅੱਜ ਉਹਦਾ ਭੋਗ ਸੀ ਮਤਾਂ ਆਇਆ ਇਹਨੂੰ ਮੈਂ ਗੱਲ ਕਿਹਾ ਕਹਿੰਦਾ ਬਾਈ ਜੀ ਇਹ ਗੱਲ ਤੁਸੀਂ ਲੋਕਾਂ ਦੇ ਸਾਹਮਣੇ ਲਿਆ ਹੋਇਆ ਜਿਹੜਾ ਮੁੰਡਾ ਸੀ ਇਹ ਕਹਿੰਦਾ ਕਹਿੰਦਾ ਵੀ ਇਹ ਪਤਾ ਲੱਗ ਜੇ ਲੋਕਾਂ ਨੂੰ ਵੀ ਹੋਕ ਹੀ ਰਿਆ ਹੁਣ ਜਿਹੜਾ 92 ਕਰੋੜ ਰੁਪਇਆ ਜੇਕਰ ਮੁਹੱਲਾ ਕਲੀਨਿਕਾਂ ਤੇ ਲਾਉਣ ਦੀ ਬਜਾਏ ਤੁਸੀਂ ਮੁਹੱਲਾ ਕਲੀਨਿਕ ਬਣਾਏ ਨਾਲ ਕੀ ਹੋ ਗਿਆ ਜੇ ਕੰਮ ਲੱਕ ਜੇਤੇ ਗੱਲ ਕਰਗੇ ਪ੍ਰਾਈਵੇਟ ਹਸਪੀਟਲ ਦੀ ਸਰਕਾਰੀ ਹਸਪੀਟਲ ਦੀ ਅਸਦੀਆਂ ਤੋਂ ਚੱਲਦਾ ਆ ਰਿਹਾ ਕੰਮ ਲੋਕੀ ਪ੍ਰਾਈਵੇਟ ਚੀਜ਼ ਨੂੰ ਪਹਿਲ ਦਿੰਦੇ ਆ ਕਿਉਂ ਦਿੰਦੇ ਆ ਕਿਉਂਕਿ ਜਿਹੜਾ ਪ੍ਰਾਈਵੇਟ ਹਸਪੀਟਲ ਦਾ ਡਾਕਟਰ ਉਹ ਹੁੰਦਾ ਵੀ ਭਾਈ ਇੱਥੇ ਕੋਈ ਮਾਰਾ ਨਾ ਹੋ ਕੇ ਜਾਵੇ ਨੰਬਰ 1 ਦੂਜੇ ਨੰਬਰ ਤੇ ਉਹਨੂੰ ਇਹ ਹੁੰਦਾ ਵੀ ਮਰੀਜ਼ ਬਚਾ ਕੇ ਘੱਲਗੇ ਜਿਹੜਾ ਵਿਅਕਤੀ ਸਰਕਾਰੀ ਹੋ ਜਾਂਦਾ ਚਾਹੇ ਕੋਈ ਟੀਚਰ ਹੋਵੇ ਚਾਹੇ ਕੋਈ ਡਾਕਟਰ ਹੋਵੇ ਚਾਹੇ ਕੋਈ ਹੋਵੇ ਉਹ ਕਹਿੰਦਾ ਆਪਣੀ ਤਾਂ ਤਨਖਾਹੀ ਆ ਹੀ ਜਾਣੀ ਆ ਕਈ ਇਹਦੇ ਵਿੱਚੋਂ ਚੰਗੇ ਡਾਕਟਰ ਬੜੇ ਚੰਗੇ ਪਏ ਆ ਕਈ ਟੀਚਰ ਬੜੇ ਚੰਗੇ ਪਏ ਆ ਕਈ ਟੀਚਰ ਆਪਦੇ ਕੋਲੋਂ ਕਿਤਾਬਾਂ ਲੈ ਦਿੰਦੇ ਆ ਕਈ ਡਾਕਟਰ ਆਪਦੇ ਕੋਲੋਂ ਇਲਾਜ ਕਰਾ ਦਿੰਦੇ ਆ ਹੁਣ ਮੇਨ ਮਕਸਦ ਮੈਂ ਇਹ ਕਹਿ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੀ 92 ਕਰੋੜ ਰੁਪਇਆ ਤਾਂ ਕੱਲਾ ਮੱਲਾ ਕਲੀਨਕਾ ਤੇ ਲੱਗਿਆ ਸੀ ਤੁਹਾਡੇ ਬੈਨਰਾਂ ਪੋਸਟਰਾਂ ਨੂੰ ਪਾ ਕੇ ਲਗਭਗ 110 ਕਰੋੜ ਰੁਪਇਆ ਬੰਦਾ ਹੋਣਾ ਜੇਕਰ ਉਹ 110 ਕਰੋੜ ਰੁਪਇਆ ਤੁਸੀਂ ਸਰਕਾਰੀ ਹਸਪਤਾਲਾਂ ਦੀਆਂ ਮਸ਼ੀਨਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਪਵਾ ਦਿੰਦੇ ਉਹਦੇ ਵਿੱਚ ਤੁਸੀਂ ਡਾਕਟਰ ਪੂਰੇ ਕਰਾ ਦਿੰਦੇ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੀਆਂ ਮੌਤਾਂ ਹੋਣੀਆਂ ਸੀ ਸਰਕਾਰੀ ਹਸਪਤਾਲਾਂ ਜਾ ਕੇ ਅੱਜ ਵੀ ਮੌਤਾਂ ਹੋ ਰਹੀਆਂ ਤੁਸੀਂ ਕਿਰਪਾ ਕਰਕੇ ਨਾ ਕਿਹਾ ਕਰੋ ਅਸੀਂ ਸੇ ਡਿਪਾਰਟਮੈਂਟ ਚੰਗਾ ਕਰਤਾ ਉਹਨਾਂ ਚਿਰ ਚੰਗਾ ਨਹੀਂ ਹੋਊਗਾ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਪਰਿਵਾਰ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦਾ ਉਹਨਾਂ ਚਿਰ ਸਿੱਖਿਆ ਚੰਗੀ ਨਹੀਂ ਹੋ ਸਕਦੀ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਯਾਦ ਰੱਖ ਲੋ ਗੱਲ ਕਿ ਜਿਹੜੇ ਲੋਕ ਆ ਬਿਨਾ ਇਲਾਜ ਤੋਂ ਮੌਤ ਹੋ ਰਹੀ ਉਹਦੇ ਜ਼ਿੰਮੇਦਾਰੀ ਤੁਹਾਡੇ ਤੇ ਆਉਂਦੀ ਆ ਤੁਸੀਂ ਇਹ ਜ਼ਿੰਮੇਵਾਰ ਐਸ ਚੀਜ਼ ਦੇ ਡਾਕਟਰ ਪੂਰੇ ਕਰੋ ਰੀੜ ਦੀ ਹੱਡੀ ਦੇ ਡਾਕਟਰ ਪੂਰੇ ਨਹੀਂਗੇ ਇੱਥੇ ਜਿਹੜਾ ਵਿਅਕਤੀ ਸਰਕਾਰੀ ਹਸਪਤਲਾਂ ਦੇ ਵਿੱਚ ਮੈਂ ਕਈ ਵਾਰੀ ਢੇੜਾ ਮਾਰਿਆ ਇੱਕ ਵਾਰੀ ਮੁਕਸਰ ਢੇੜਾ ਮਾਰਿਆ ਸੀ ਹਫਤਾ ਹਫਤਾ ਲੋਕ ਪੈ ਰਹੇ ਨੇ ਕਿਸੇ ਦਾ ਸੋਮਵਾਰ ਆਪਰੇਸ਼ਨ ਹੁੰਦਾ ਕਿਸੇ ਦਾ ਮੰਗਲਵਾਰ ਕਿਰਪਾ ਕਰਕੇ ਪੜ੍ਹਾਈ ਸ਼ੁਰੂ ਕਰੋ ਫ੍ਰੀ ਕਰੋ ਪੜ੍ਹਾਈ ਚਾਹੇ ਕੋਈ ਐਸਸੀ ਬੀਸੀ ਜਰਨਲ ਕੋਈ ਹੋਵੇ ਡਾਕਟਰ ਬਣ ਸਕੇ ਆਪਦੀ ਆਪਦੀ ਜਿਹੜੀ ਕਹਿੰਦੇ ਆਪਦੀ ਮੈਂ ਤਾਂ ਕਹੂੰਗਾ ਆਪਦੀ ਜੇ ਪੜ੍ਹਾਈ ਦੇ ਅਨੁਸਾਰ ਉਹ ਡਾਕਟਰ ਬਣ ਜੇ ਕਿਸੇ ਨੂੰ ਰੀੜ ਦੀ ਹੱਡੀ ਦਾ ਕਿਸੇ ਨੂੰ ਸਿਰ ਦਾ ਡਾਕਟਰ ਬਣਾਓ ਸਾਨੂੰ ਲੋੜ ਆ ਡਾਕਟਰਾਂ ਦੀ ਉੱਥੇ ਜਦੋਂ ਮੈਂ ਫੋਨ ਕੀਤਾ ਬੰਦੇ ਨੂੰ ਉੱਥੇ ਕੋਈ ਵਿਅਕਤੀ ਸੀ ਉਹਦਾ ਭਾਈ ਅੱਗੇ ਰਾਜ ਸਿੰਘ ਬਾਧਰ ਹੁੰਦਾ ਸੀ ਤੇ ਕਹਿੰਦੇ ਵੀ ਉਹ ਇੱਥੋਂ ਅਸਤੀਫਾ ਦੇ ਗਿਆ ਤੇ ਸਾਡਾ ਜਿਹੜਾ ਸਿਹਤ ਮੰਤਰੀਆ ਰੋਲਾ ਰੱਪਾ ਤੋਂ ਨੇ ਬਹੁਤ ਪਾਇਆ ਸੀ ਕਿ ਜੀ ਆ ਗੱਦੇ ਗੱਦੇ ਉਦੋਂ ਬਾਅਦ ਕੀ ਹੋ ਗਿਆ ਮੈਂ ਦਸੰਬਰ ਦੇ ਵਿੱਚ ਗਿਆ ਸੀ ਮੇਰੀ ਜਿਹੜੀ ਛੋਟੀ ਭੈਣ ਸੋ ਦੀ ਪੈਂਡੈਂਸ ਦੀ ਨਾੜ ਉੱਥੇ ਚੀਕਾਂ ਮਾਰ ਮਾਰ ਕੇ ਬੇਹਾਲ ਹੋ ਗਈ ਸੀ ਫਿਰ ਮੈਂ ਲਾਜ ਜਾ ਕੇ ਮੁਕਸਰੋਂ ਪ੍ਰਾਈਵੇਟ ਹਸਪੀਟਲ ਚ ਕਰਾਇਆ ਸੀ ਯਾਦ ਰੱਖੋ ਗੱਲ ਉਹ ਮੈਂ ਤਾਂ ਉੱਥੋਂ ਦੇ ਕੰਨਾਂ ਨੂੰ ਹੱਥ ਲੱਗੇ ਮੈਂ ਵੀਡੀਓ ਪਾਈ ਫਰੀਦਕੋਟ ਦੇ ਵਿੱਚ ਖੜ ਕੇ ਮੈਂ ਕੋਈ ਇੱਥੇ ਫਰੀਦਕੋਟ ਦੀ ਇਹ ਗੱਲ ਨਹੀਂ ਕਰ ਰਿਹਾ ਕਿ ਆਹ ਭਈਆ ਉਹ ਤਾਂ ਇੱਕ ਮੈਡੀਕਲ ਕਾਲਜ ਹੈਗਾ ਬਾਕੀ ਤੁਸੀਂ ਆਪ ਸਮਝੋ ਮੇਰੀ ਇਹ ਬੇਨਤੀ ਆ ਕਿ ਡਾਕਟਰ ਸਾਰੇ ਹਸਪੀਟਲਾਂ ਦੇ ਵਿੱਚ ਪੂਰੇ ਕਰੋ ਔਰ ਜਿਹੜਾ ਕਹੋ ਨਾਈਟ ਡੇ ਦੀ ਡਿਊਟੀ ਹੋਣੀ ਚਾਹੀਦੀ ਨਾ ਕਿ 6 ਘੰਟੇ ਵਾਲਾ ਡਾਕਟਰ ਚਾਹੀਦੇ ਸਾਨੂੰ ਉੱਥੇ ਆਪਰੇਸ਼ਨ ਜਦੋਂ ਵਿਅਕਤੀ ਜਾਂਦਾ ਜੇਕਰ 15 ਮਿੰਟ ਹੋਇਆ ਨਾ ਗਏ ਨੂੰ 15 ਮਿੰਟ ਬਾਅਦ ਉਹਦਾ ਆਪਰੇਸ਼ਨ ਹੋ ਜਾਵੇ ਇੱਥੇ ਹੱਤਵਤਵਤਾ ਬੰਦਾ ਪਿਆ ਰਹਿੰਦਾ ਤੇ 2-4 ਦਿਨਾਂ ਤੱਕ ਤੋਂ ਦੀ ਮੌਤ ਹੋ ਜਾਂਦੀ ਆ ਗਰੀਬ ਬੰਦਿਆਂ ਦਾ ਕੋਈ ਹਾਲ ਨਹੀਂ ਬੁਰੇ ਹਾਲ ਆ ਭਗਵੰਤ ਮਾਨ ਜੀ ਲਗਭਗ 92 ਕਰੋੜ ਰੁਪਈਆ ਤੱਕਲੇ ਮੁਹੱਲਾ ਕਲੀਨਿਕਾਂ ਤੇ ਖਰਾਬ ਹੋਇਆ ਸੱਚ ਮੈਂ ਤੁਹਾਨੂੰ ਉਹ ਬੰਦੇ ਦੀ ਵੀਡੀਓ ਵਿਖਾ ਦੇਵਾਂ ਕਿਤੇ ਐਵੇਂ ਨਾ ਐਵੇਂ ਨਾ ਕਹੇ ਤਾਨੂੰ ਹਾਂ ਭਾਈ ਆ ਰਿਹਾ ਉਹ ਬੰਦਾ ਇਹ ਆ ਚੱਕੋ ਜੀ ਆ ਪਹਿਲਾਂ ਬੋਲਦਾ ਸੀ ਆ ਲਾਸਟਲੇ ਦਿਨ ਦੀ ਉਹਦੀ ਵੀਡੀਓ ਮੈਂ ਕਹਿੰਸੀ ਮੈਨੂੰ ਵੀਡੀਓ ਪਾਉ ਜੀ ਇਹ ਆ ਹੁਣ ਵੇਖੋ ਜੀ ਅੱਜ ਜਿਹਦੇ ਅਸੀਂ ਭੋਗ ਤੇ ਆਏ ਸੀ ਇਸ ਕਰਕੇ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਜਿਹੜੀ ਗੱਲ ਆ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਓ ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ 92 ਕਰੋੜ ਰੁਪਇਆ ਖਰਾਬ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ